ਤੁਹਾਡੀ ਆਪਣੀ ਸ਼ਾਦੀ ਦੁਨੀਆਦਾਰੀ ਚ ਰਹਿੰਦੇ ਆ ਦੁੱਲੇ ਅਸੀਂ ਵੀ ਬੜੇ ਦੇਖੇ ਨੇ ਦੇਖੋ ਤੁਸੀਂ ਵੇਖ ਲਿਆ ਬਸ ਹੁਣ ਲੈ ਜਾਓ ਸ਼ਗਨਾਂ ਦਾ ਦੇਣ ਹੈਗਾ ਅਸੀਂ ਇਹ ਕਹਿ ਸਕਦੇ ਹਾਂ ਚਲੋ ਭਾਈ ਕਿੰਨੇ ਕੁ ਬੰਦੇ ਜਾਣੇ ਨਾਲ ਸੱਤ ਸਫਾਂ ਹੋ ਜਾਣਗੀਆਂ ਅਸਲਾਮ ਵਾਲੀਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਅਲਬੇਲਾ ਟੀ ਵੀ ਅੱਜ ਮੈਂ ਖੋੜਾ ਵਾਂ ਆਪਣਾ ਕੱਟ ਸਲੋਨ ਬੜਾ ਅੱਛਾ ਪਾਰਲਰ ਹੈ ਅਤੇ ਇੱਥੇ ਅੱਜ ਕੱਲ੍ਹ ਤੁਹਾਨੂੰ ਪਤਾ ਬ੍ਰਾਈਡਲ ਇਹਦਾ ਸੀਜ਼ਨ ਲੱਗ ਰਿਹਾ ਹੈ ਕਿਉਂਕਿ ਰਮਜ਼ਾਨ ਤੋਂ ਪਹਿਲੇ ਸ਼ਾਦੀਆਂ ਹੀ ਨੇ ਉਸ ਤੋਂ ਬਾਅਦ ਫਿਰ ਲੋਕ ਰੋਜ਼ੇ ਰੱਖਣਗੇ ਅਤੇ ਇਹ ਬਿਲਕੁਲ ਹੈਗਾ ਬਾਪਟਾ ਟਾਊਨ ਦੇ ਸਾਹਮਣੇ PIA ਰੋਡ ਦੇ ਉੱਤੇ ਅਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਮੇਰਾ ਖਿਆਲ ਮੇਰੇ ਭਾਈ ਨੇ ਅਸਲਾਮ ਵਾਲੀਕਮ ਸਰ ਸਰ ਕੀ ਹਾਲ ਠੀਕ ਹੋ ਅਲਹਮਦੁਲਿਲਾ ਮੁਬਸ਼ਰ ਭਾਈ ਕਿੱਥੇ ਨੇ ਮੈਂ ਹੀ ਹਾਂ ਮੁਬਸ਼ਰ ਅੱਛਾ ਮੁਬਸ਼ਰ ਤੇ ਦੂਸਰੇ ਉਹ ਮੁਦੱਸਰ ਭਾਈ ਸਾਹਮਣੇ ਮੁਦੱਸਰ ਲਓ ਮੁਬਸ਼ਰ ਮੁਦੱਸਰ ਬੜੇ ਅੱਛੇ ਨੇ ਨਾਂ ਜੀ ਮਿਹਰਬਾਨੀ ਅਤੇ ਅੱਜ ਕੱਲ੍ਹ ਮੇਰਾ ਖਿਆਲ ਹੈ ਤੇ ਸੀਜ਼ਨ ਅੱਛਾ ਜਾ ਰਿਹਾ ਤੁਹਾਡਾ ਜੀ ਅਲਹਮਦੁਲਿਲਾ ਬਹੁਤ ਅੱਛਾ ਸੀਜ਼ਨ ਜਾ ਰਿਹਾ ਹੈ ਅੱਛਾ ਜੀ ਸ਼ਾਦੀ ਆਪਕੋ ਪਤਾ ਹੈ ਕਿ ਰਮਜ਼ਾਨ ਸ਼ੁਰੂ ਹੋ ਰਹੇ ਹੈ ਹਾਂਜੀ ਹਾਂਜੀ ਸ਼ਾਦੀਓ ਦਾ ਸੀਜ਼ਨ ਆ ਕੇ ਮੌਸਮ ਵੀ ਚੇਂਜ ਹੋ ਰਿਹਾ ਨਾ ਹਰ ਬੰਦੇ ਦੀ ਕੋਸ਼ਿਸ਼ ਹੈ ਰਮਜ਼ਾਨ ਸੇ ਪਹਿਲੇ ਪਹਿਲੇ ਹਮ ਸ਼ਾਦੀ ਕਰਵਾ ਲੇ ਹਾਂ ਠੀਕ ਹੈ ਨਾ ਲੋਕਡਾਊਨ ਹੈ ਉੱਪਰ ਕਰੋਨਾ ਮਾਸ਼ਾਅੱਲਾ ਆਪਕੋ ਪਤਾ ਹੀ ਹੈ ਚਲੋ ਕੋਈ ਨਹੀਂ ਅਭੀ ਜ਼ਿੰਦਗੀ ਦੇ ਨਾਲ ਨਾਲ ਚੱਲ ਰਿਹਾ ਸਾਰਾ ਸਿਸਟਮ ਚੱਲ ਰਿਹਾ ਮਾਸ਼ਾਅੱਲਾ ਲੇਕਿਨ ਅਲਹਮਦੁਲਿਲਾ ਬਹੁਤ ਅੱਛਾ ਜਾ ਰਿਹਾ ਹੈ ਤੇ ਤੁਹਾਡਾ ਤੇ ਦੁਬਈ ਹੁੰਦਾ ਸੀ ਸਲੋਨ ਬੜਾ ਅੱਛਾ ਜੀ ਤੁਸੀਂ ਛੱਡ ਕੇ ਆਪਣੇ ਮੁਲਕ 'ਚ ਆ ਗਏ ਪਾਕਿਸਤਾਨ 'ਚ ਦੇਖੋ ਜੀ ਪਾਕਿਸਤਾਨ ਜੈਸਾ ਮੁਲਕ ਤੇ ਕੋਈ ਨਹੀਂ ਹੈ ਨਾ ਅਲਹਮਦੁਲਿਲਾ ਪਾਕਿਸਤਾਨ ਪਾਕਿਸਤਾਨ ਹੀ ਹੈ ਠੀਕ ਹੈ ਨਾ ਪਰਦੇਸ਼ ਉੱਥੋਂ ਦਾ ਅੱਛਾ ਮਾਸ਼ਾਅੱਲਾ ਨਾਲੇ ਦੁਬਈ 'ਚ ਬੜੇ ਟੈਕਸ ਲੱਗ ਗਏ ਨੇ ਟੈਕਸ ਲੱਗ ਗਏ ਨੇ ਬਹੁਤ ਜ਼ਿਆਦਾ ਤੇ ਇਸ ਤੋਂ ਅੱਛਾ ਅਗਰ ਟੈਕਸ ਦੇਣੇ ਹੀ ਤੇ ਫਿਰ ਆਪਣੇ ਮੁਲਕ 'ਚ ਰਹਿ ਕੇ ਦਵੋ ਆ ਨਾਲੇ ਭਾਈ ਉੱਥੇ ਸ਼ੁਰਤੇ ਦੀ ਜ਼ਰਾ ਕਟਿੰਗ ਇੱਧਰ ਉੱਧਰ ਕਰੇ ਅੰਦਰ ਕਰ ਬਹੁਤ ਮਾਰਦੇ ਜੁਰਮਾਨਾ ਕਰ ਦਿੰਦੇ ਬਹੁਤ ਮਾਰਦੇ ਨੇ ਬਿਲਕੁਲ ਜੀ ਆਪਣਾ ਅਸਲਾਮ ਵਾਲੇਕਮ ਜੀ ਵਾਲੇਕਮ ਅਸਲਾਮ ਭਾਈ ਕੀ ਹਾਲ ਆ ਹਾਂਜੀ ਠੀਕ ਹੈਗਾ ਭਾਈ ਕੀ ਖੈਰ ਨਾਲ ਆਏ ਤੁਸੀਂ ਖੈਰ ਨਾਲ ਭਾਈ ਨੂੰ ਕੀ ਕਬਰਸਤਾਨ ਆਇਆ ਹੈਗਾ ਮੈਂ ਨਹੀਂ ਮੈਂ ਕਿਹਾ ਮਤਲਬ ਕਰਨ ਲਈ ਬੈਠੇ ਖੈਰ ਹੈ ਭਾਈ ਨੂੰ ਸ਼ਾਦੀ ਹੈਗੀ ਵੇ ਮੇਰੀ ਤੇ ਮੈਂ ਤਿਆਰ ਹੋਣ ਵਾਸਤੇ ਆਇਆ ਵੇ ਹਾਂਜੀ ਤੁਸੀਂ ਗਾਣਾ ਵੀ ਬੰਨੇ ਆ ਮਾਸ਼ਾਅੱਲਾ ਤੇ ਬੰਨਣਾ ਹੀ ਨੇ ਦੂਲਾ ਨੇ ਭਾਈ ਤੇ ਗਾਣਾ ਤੇ ਬੰਨਣਾ ਨੇ ਤੇ ਅੱਜ ਤੁਸੀਂ ਤਿਆਰ ਹੋਣ ਆਏ ਹੋ ਜੀ ਜੀ ਤੇ ਹੋ ਤੇ ਗਏ ਹੋ ਬਸ ਠੀਕ ਆ ਜਾਓ ਹੁਣ ਭਾਈ ਨਾ ਜੇ ਮੈਂ ਬੈਠਾ ਵੇ ਪਤਾ ਨਹੀਂ ਕੀ ਕਰ ਰਹੇ ਨੇ ਕਿਹੜਿਆ ਵੇਲੇ ਨਾ ਮੈਂ ਬੈਠਾ ਹੈਗਾ ਫੋਨ ਤੇ ਫੋਨ ਆ ਰਹੇ ਨੇ ਪਿੱਛੋਂ ਕੋਈ ਡੀਲ ਨਹੀਂ ਕਰ ਰਿਹਾ ਹੈਗਾ ਮੈਨੂੰ ਤੁਹਾਡੀ ਆਪਣੀ ਸ਼ਾਦੀ ਮੈਂ ਆਪਣੀ ਸ਼ਾਦੀ ਦੀ ਗੱਲ ਕਰ ਰਿਹਾ ਮੈਂ ਗਾਣਾ ਮੈਂ ਹੁਣ ਕਿਸੇ ਦੇ ਸਰਵਾਲੇ ਦਾ ਤਾਂ ਨਹੀਂ ਬੰਨਿਆ ਨਹੀਂ ਹੋ ਜਾਂਦਾ ਨਾ ਰਿਵਾਜ ਹੁੰਦਾ ਨਾਲ ਕੋਈ ਦੂਸਰਾ ਵੀ ਚਲੋ ਸ਼ਰਵਾਲਾ ਵੀ ਇੱਕ ਬਣ ਗਿਆ ਸ਼ਰਵਾਲਾ ਐਡਾ ਵੱਡਾ ਥੋੜਾ ਹੁੰਦਾ ਤੇ ਐਡਾ ਵੱਡਾ ਲਾੜਾ ਵੀ ਨਹੀਂ ਹੁੰਦਾ ਭਾਈ ਤੁਸੀਂ ਆਪਣਾ ਚਿਹਰਾ ਦੇਖਿਆ ਨਹੀਂ ਭਾਈ ਮੈਂ ਦੇਖ ਰਿਹਾ ਵਾਂ ਇਹੋ ਜਿਹਾ ਮੂੰਹ ਤੇ 8 ਦਿਨ ਪਹਿਲੇ ਦੇ ਦਿੱਤਾ ਅਗਲੇ ਭਿਉਂ ਛੱਡਣ ਫਿਰ ਤੁਸੀਂ ਉੱਥੇ ਕਿਤੇ ਜਾਂਦੇ ਸਫਾਂ ਵਾਲੇ ਚੌਂਕ ਤੇ ਤੁਸੀਂ ਕਿੱਧਰ ਆ ਗਏ ਜਾਂ ਜਿਹੜਾ ਦਰਖਤ ਦੇ ਉੱਤੇ ਨਹੀਂ ਕੇਲ ਨਾਲ ਸ਼ੀਸ਼ਾ ਟੰਗ ਕੇ ਬੈਠਾ ਹੁੰਦਾ ਉਹ ਤੁਹਾਡੇ ਕੋਲ ਟੱਕ ਟੁੱਕ ਵੀ ਲੱਗ ਜੇ ਫੜਕੜੀ ਵੀ ਲਾ ਦੇ ਕਿਤੇ ਭਾਈ ਤੁਸੀਂ ਇਹ ਦੱਸੋ ਵੀ ਤੁਸੀਂ ਮੈਨੂੰ ਇੰਟਰਰਪਟ ਕਿਉਂ ਕਰ ਰਹੇ ਹੋ ਤੁਹਾਨੂੰ ਇਹ ਕਿਹੜੀ ਜ਼ਰੂਰਤ ਨਹੀਂ ਗੱਲਾਂ ਕਰਨੀਆਂ ਭਾਈ ਨੂੰ ਦੇਖੋ ਅਸੀਂ ਵੀ ਦੁਨੀਆਦਾਰੀ 'ਚ ਰਹਿੰਦੇ ਹਾਂ ਦੂਲੇ ਅਸੀਂ ਵੀ ਬੜੇ ਦੇਖੇ ਨੇ ਤੇ ਇਹ ਵੀ ਦੇਖੋ ਤੁਸੀਂ ਵੇਖ ਲਿਆ ਬਸ ਹੁਣ ਲੈ ਜਾਓ ਕਿੱਥੇ ਤੁਸੀਂ ਸ਼ਾਦੀ ਹੈਗੀ ਵੇ ਬਰਾਤ ਦੀ ਮੈਂ ਤਿਆਰੀ ਕਰਨ ਵਾਸਤੇ ਆਇਆ ਵਾਂ ਮੈਂ ਤਿਆਰ ਹੋਣ ਵਾਸਤੇ ਆਇਆ ਵਾਂ ਅੱਛਾ ਅਜੇ ਤਿਆਰ ਹੋਏ ਨਹੀਂ ਨਹੀਂ ਭਾਈ ਨਾ ਤੁਸੀਂ ਜਿੰਨਾ ਵੀ ਤਿਆਰ ਹੋ ਜਾਓ ਤੇ ਇੰਜ ਹੀ ਰਹਿਣਾ ਭਾਈ ਨਾ ਤੁਹਾਡੇ ਤੇ ਰੂਪ ਨਹੀਂ ਚੜਨਾ ਕਰਜ਼ਾ ਹੀ ਚੜਨਾ ਛੱਡੋ ਪਰੇ ਆਇਆ ਵੀ ਨਾ ਤੁਸੀਂ ਸਿੱਧਾ ਖਾਓ ਅੱਗੇ ਮੈਂ ਆਵਾਜ਼ ਆ ਰਹੀ ਆ ਵਾ ਕਿਹੜੇ ਵੇਲੇ ਦਾ ਬੈਠਾ ਹੈਗਾ ਵਾ ਡੀਲ ਨਹੀਂ ਕਰ ਰਿਹਾ ਰਾਸ਼ ਹੋ ਜਾਵੇ ਭਾਈ ਨਾ ਅਰੇਂਜ ਮੈਰਿਜ ਸ਼ਾਦੀ ਹੋ ਰਹੀ ਤੁਹਾਡੀ ਜਾਂ ਲਵ ਮੈਰਿਜ ਲਵ ਮੈਰਿਜ ਹੋ ਰਹੀ ਭਾਈ ਤੁਹਾਡੀ ਵੀ ਜੀ ਮੈਂ ਆਪਣੀ ਦੱਸ ਰਿਹਾ ਭਾਈ ਅੱਛਾ ਜੀ ਬਸ ਤੁਹਾਨੂੰ ਇੱਥੇ ਤੂੰ ਬਾਹਰੋਂ ਲੱਗਦਾ ਆਏ ਹੋ ਹਾਂਜੀ ਮੈਂ ਬਾਹਰੋਂ ਹੀ ਆਇਆ ਤੁਸੀਂ ਲੱਗ ਵੀ ਬਾਹਰਲੇ ਹੀ ਰਹੇ ਹੋ ਕਿਉਂਕਿ ਫੇਸ ਇੱਥੇ ਨਹੀਂ ਚੱਲਦਾ ਜ਼ਿਆਦਾ ਭਾਈ ਮੈਂ ਜਰਮਨ 'ਚ ਆਇਆ ਵਾਂ ਜਰਮਨ 'ਚੋਂ ਜਰਮਨ ਸ਼ੈਫਰ
चलो जी मुबारक हो जी, बहुत मुबारक। चलो अच्छी गल है, शादी करनी चाहिए है, किसी का बेड़ा गर्क तो खोएगा ही ना। बड़े एडे वे हो गए, फिर किस तरह लव मैरिज होगी? ਜਿਹੜੀ ਲਵ ਮੈਰਿਜ ਹੈਗੀ ਨਾ, ਇਹ ਕੁਝ ਨਹੀਂ ਪਤਾ ਲੱਗਦਾ ਹੈਗਾ, ਬਸ ਉਹਨਾਂ ਨੇ ਮੈਨੂੰ ਉੱਥੇ ਫੇਸਬੁੱਕ 'ਤੇ ਵੇਖਿਆ ਹੈਗਾ ਵੇ। ਤੁਹਾਨੂੰ ਫੇਸਬੁੱਕ 'ਤੇ? ਜੀ ਜੀ, ਉਹ ਬਸ ਉੱਥੋਂ ਗੱਲ ਟੁਰੀ ਹੈ ਅਤੇ ਸਾਡੀ ਨਾਲੇ ਪੈਸਾ ਸਾਰਾ ਕੁਛ ਕਰਾ ਦਿੰਦਾ ਭਾਅ ਜੀ, ਤੁਹਾਨੂੰ ਪੈਸਾ ਹੋਵੇ ਤਾਂ ਬਹੁਤ ਪੈਸਾ ਤੁਹਾਡੇ ਕੋਲ। ਦੁੱਧ ਪਿਆਈ ਹੋਏਗੀ ਤੁਹਾਡੀ ਵੀ? ਸਾਰੀ ਮਾਂ ਦੇ ਭੈਣ ਰਸਮਾਂ ਹੈਗੀਆਂ ਨੇ ਬਣੀਆਂ, ਉਹ ਤਾਂ ਹੁੰਦੀਆਂ ਨੇ ਨਾ, ਦੁੱਧ ਪਿਆਈ ਵੀ ਦੁਨੀਆ ਵੀ ਹੈ, ਰਸਮੇ ਮੌਕਾ ਵੀ ਹੈ, ਉਹ ਚੁੰਨੀ ਵੀ ਤਾਨਣੀ ਨੇ, ਜੁੱਤੀ ਵੀ ਚੁੱਕਣੀ ਨੇ, ਸਾਰੀਆਂ ਰਸਮਾਂ ਹੋਣੀਆਂ ਨੇ। ਇਸੇ ਹਾਲਾਂਕਿ ਤੁਹਾਡੇ ਵਰਗੇ ਲਾੜੇ ਅੱਗੇ ਜੁੱਤ ਮਤਲਬ ਜੁੱਤੀ ਲੁਕਾਉਣੀ ਨਹੀਂ ਚਾਹੀਦੀ, ਬਲਕਿ ਜੁੱਤੀ ਚੱਲਣੀ ਚਾਹੀਦੀ ਉੱਥੇ। ਚੁੰਨੀ ਨਾਲ ਮਤਲਬ ਲਾੜੇ ਨੂੰ ਰੋਕਦੇ, ਤੁਹਾਨੂੰ ਤਾਂ ਉਹ ਪੁਲਿਸ ਵਾਲਾ ਨਾਕਾ ਲਾ ਕੇ ਰੋਕਣਾ ਚਾਹੀਦਾ। ਭੈਣ ਮੈਂ ਨਾ ਬਾਜ਼ਾਰ ਬੈਠਾ ਹੈਗਾ ਵੇ, 2 ਘੰਟੇ ਹੋ ਗਏ ਨੇ ਮੈਨੂੰ, ਤੇ ਡੀਲ ਨਹੀਂ ਕਰ ਰਹੇ ਕੋਈ, ਕੋਈ ਮੇਰੇ ਵਾਲਾ। ਤੂੰ ਇੱਥੇ ਬੈਠਾ, ਤੂੰ ਘਰ ਹੁੰਦਾ ਤੈਨੂੰ ਬੜੇ ਕੰਮ ਕਰਾਉਣੇ ਸੀ, ਕਿਹੜੇ ਕਹਿਣਾ ਸੀ ਉਹ ਸਿਗਟਾਂ ਲਿਆ ਹੋਏ, ਉਹ ਮੰਜੀ ਫੜ ਕੇ ਲਿਆ ਉੱਥੋਂ, ਉਹ ਲਿਆ ਉਹ ਲਿਆ, ਚੰਗਾ ਸਗੋਂ ਇੱਥੇ ਈਜ਼ੀ ਬੈਠਾ ਤੂੰ। ਭੈਣ ਕਿੰਨੇ ਕਹਿਣਾ ਵੇ ਕੰਮ, ਮੈਂ VIP ਹਾਂ ਵੇ, ਇਹ ਇਹ ਦਿਨ ਵਿੱਚ ਕੌਣ ਕਹਿੰਦਾ ਵੇ ਕਿਸੇ ਨੂੰ ਕੰਮ, ਦੁੱਲੇ ਨੂੰ ਕੋਈ ਕੰਮ ਕਹਿੰਦਾ? ਆਹੋ, ਦੁੱਲਾ ਦੇ VIP ਹੁੰਦਾ ਜੀ। ਹਾਂਜੀ, VIP ਹਾਂ ਮੈਂ ਅੱਜ ਦੇ ਦਿਨ। ਅਤੇ ਬਰਾਤ ਮੇਰੇ ਭਰਾ ਦੀ ਕਿੱਥੇ ਜਾ ਰਹੀ ਹੈ ਜੀ? DHA ਫੇਸ 5। ਉੱਧਰ ਤਾਂ ਫੇਸ ਚੱਲਦਾ ਹੀ ਨਹੀਂ ਗਾ, ਤੁਸੀਂ ਕਿੱਧਰ ਜਾ ਰਹੇ ਹੋ? DHA ਫੇਸ 5 ਜੀ ਜੀ, ਤੁਸੀਂ ਆਪਣਾ ਫੇਸ ਨਹੀਂ ਦੇਖਿਆ? ਮੈਂ ਦੇਖਿਆ ਵੀ, ਕੁੜੀ ਵਾਲਿਆਂ ਨੇ ਵੇਖ ਲਿਆ ਨੇ, ਮੈਂ ਕੀ ਵੇਖ ਕੇ ਕਰਨਾ? ਤੁਸੀਂ ਇੱਧਰ ਫੇਸ 2 ਫੇਸ ਮੇਰੇ ਨਾਲ ਗੱਲ ਕਰੋ, ਤੁਸੀਂ ਤੁਹਾਡੇ ਵਰਗੇ ਬੰਦੇ ਦਾ ਘਰ ਹੁੰਦਾ ਮਜ਼ਦੂਰ ਪੁਲੀ, ਐਵੇਂ ਸਮੋਸਿਆਂ ਵਾਲਾ ਚੌਕ ਛੱਪੜ ਦੇ ਨਾਲ ਹੀ ਭਾਈ ਮੇਰਾ ਘਰ। ਕਿਹੜੀਆਂ ਗੱਲਾਂ ਕਰਦੇ ਹੋਗੇ, ਉਹ ਮੈਂ ਹੁਣ ਤਿਆਰ ਹੋਣ ਵਾਸਤੇ ਆਇਆ, ਉਹ ਭਾਈ ਕਿੱਥੇ ਚਲੇ ਗਏ, ਉਹ ਫੋਨ ਤੇ ਫੋਨ ਕਰਵਾ ਰਹੇ ਨੇ, ਮੈਂ ਹੁਣ ਇੱਥੇ ਬੈਠਾ ਸਾਰੀ ਦਿਹਾੜੀ। ਜੀ ਜੀ ਆ ਗਏ, ਉਹ ਬੈਠਾ ਜੀ ਆਪਣਾ ਦੁੱਲਾ, ਇਹਨੂੰ ਤਿਆਰ ਕਰੋ ਭਾਈ। ਟਿਸ਼ੂ ਦਵੋ ਮੈਨੂੰ, ਹੁਣ ਪਸੀਨਾ ਵੀ ਆ ਗਿਆ, ਇਸੇ ਵੀ ਬੰਦ ਕੀਤਾ ਹੋਇਆ ਤੁਹਾਨੂੰ ਟਿਸ਼ੂ, ਸਾਰੀ ਜ਼ਿੰਦਗੀ ਤੋਂ ਡੱਬੀਆਂ ਵਾਲੇ ਖੇਸ ਨਾਲ ਮੂੰਹ ਪੂੰਝਿਆ, ਹੁਣ ਟਿਸ਼ੂ ਮੰਗ ਰਿਹਾ ਨਹੀਂ ਤੇ ਮਤਲਬ ਟਿਸ਼ੂ ਦਿਓ ਜੀ ਇੱਕ ਦੋ ਭਾਜੀ ਉਹਨਾਂ ਨੂੰ, ਬਲਕਿ ਮੈਨੂੰ ਤਾਂ ਲੱਗਦਾ ਤੈਨੂੰ ਕੁੜੀ ਵਾਲਿਆਂ ਨੇ ਵੀ ਟਿਸ਼ੂ ਨਹੀਂ ਦੇਣੇ। ਅਤੇ ਰਾਤ ਦੀ ਬਰਾਤ ਹੈ ਜੀ, ਦਿਨ ਦੀ ਭੈਣ? ਰਾਤ ਦੀ ਬਰਾਤ ਹੀ ਹੈ। ਅੱਛਾ, ਸਗੋਂ ਰਾਤ ਦੀ ਦਿਨ ਹੁੰਦੇ ਨਾ, ਤਾਂ ਪਛਾਣ ਲੈਣਾ ਸੀ ਅਗਲਿਆਂ ਨੇ। ਰਾਤ ਦੀ ਅੱਛੀ ਹੈ, ਨਾਈਟ ਮਤਲਬ ਮੌਸਮ ਵੀ ਅੱਛਾ ਹੈ ਨਾ, ਰਾਤ 'ਚ ਫਿਰ ਵੀ ਥੋੜ੍ਹਾ ਜਿਹਾ ਹਾਲ ਦੇ ਵਿੱਚ ਹੀਗਾ ਵੇ, ਉੱਥੇ ਕਿਹੜਾ ਮੌਸਮ ਦਾ ਨੇ, AC ਚੱਲੇ ਨੇ, ਹਰ ਹਾਲ 'ਚ ਹੀ ਵਿਆਹ ਤੇਰਾ ਹੋਣਾ ਮੈਨੂੰ ਲੱਗਦਾ। ਹਾਲਾਂ 'ਚ ਬੜਾ ਨਹੀਂ ਦਿੰਦੇ ਅੱਜ ਕੱਲ੍ਹ, ਕਰੋਨਾ ਇੰਨਾ ਚੱਲ ਰਿਹਾ ਭੈਣ, ਕੋਈ ਕਰੋਨਾ ਨਹੀਂ ਚੱਲ ਰਿਹਾ, ਜਿੱਥੇ ਪੈਸਾ ਹੋਵੇ ਕੋਈ ਕਰੋਨਾ ਨਹੀਂ ਹੈਗਾ। ਅੱਛਾ ਜੀ, ਇੰਨਾ ਪੈਸਾ ਦਿੱਤਾ ਉਹਨਾਂ ਨੂੰ, ਪੈਸਾ ਦੇ ਦਿਓ ਵੀ ਜਾ ਤੂੰ ਨਾ ਆਈ ਇੱਧਰ। ਰੋਇਲ ਮਾਰਕੀ ਬੁੱਕ ਕਰਵਾਈ ਹੈਗੀ ਹੈ ਭੈਣ ਮੈਂ। ਕਿੱਥੇ ਨਾ? ਰੋਇਲ ਮਾਰਕੀ ਜਿਹੜੀ ਉਹ ਬੁੱਕ ਕਰਵਾਈ ਹੈਗੀ। ਵਾਹ ਜੀ ਵਾਹ, ਰੋਇਲ ਮਾਰਕੀ, ਅਤੇ ਤੁਸੀਂ ਅੰਦਰ ਜਾਓਗੇ ਉਹਦੇ? ਉਹ ਭੈਣ ਮੈਂ ਹੀ ਜਾਣਾ ਵੀ ਅੰਦਰ, ਉਹ ਕਿੰਨਾ ਵਾਸਤੇ ਬੁੱਕ ਕਰਵਾਈ ਵੇ? ਉੱਥੇ ਤੁਹਾਨੂੰ ਦੱਸਣਾ ਪੈਣਾ ਕਿ ਮੇਰਾ ਵਿਆਹ, ਨਹੀਂ ਤਾਂ ਉਹਨਾਂ ਨੇ ਜਾਣ ਦੇਣਾ ਵਿਆਹ, ਮੈਂ ਐਲਾਨ ਕਰਾਵਾਂ ਮਸੀਤੇ ਹੁਣ ਵੀ ਮੇਰੇ। ਤੂੰ ਇੱਥੇ ਲਿਖਾ ਲਾ ਮੈਂ ਦੁੱਲਾ ਹੂੰ। ਭੈਣ ਪਾਗਲ ਨਹੀਂ ਮੈਂ ਹੈਗਾ ਕਿ ਕੁਝ ਲਿਖਾ ਲਵਾਂ, ਮੈਂ ਦੁੱਲਾ ਹੈਗਾ। ਚਲੋ ਜੀ, ਅੱਛਾ ਹੈ ਜੀ, ਅੱਲਾ ਕਰੇ ਜੀ, ਹੱਥ ਪੈਰ ਵੀ ਧੋਣੇ ਹੁੰਦੇ ਆ? ਸਾਰੀ ਜ਼ਿੰਦਗੀ ਨਹੀਂ ਧੋਤੇ ਤੁਸੀਂ? ਇਹ ਭਿਉਂਦੇ ਹੋ, ਮੈਂ ਕਹਿੰਦਾ ਸਰਫ ਦੇ ਵਿੱਚ ਨਾ, ਇਹਦਾ ਕੰਮ ਕਿਸੇ ਸਪੈਸ਼ਲ ਬੰਦੇ ਨੇ ਕਰਨਾ ਜਾਂ ਤੁਸੀਂ ਕਰ? ਬਿਲਕੁਲ ਆ ਰਿਹਾ ਉਹ ਬੰਦਾ, ਉਹ ਬੰਦਾ ਆ ਰਿਹਾ ਬਿਲਕੁਲ, ਕਿਉਂਕਿ ਉਹ ਤੇਜ਼ਾਬ ਲੈਣ ਗਿਆ ਹੈ, ਫਿਸ਼ਲ ਕਰਵਾਉਣਾ ਹੈਗਾ। ਹੈਲੋ, ਤੇ ਇਹ ਫਿਸ਼ਲ ਨਾ ਕਰ, ਤੁਸੀਂ ਫਿਸ਼ਲ ਕਰਵਾਓ, ਫਿਸ਼ਲ ਕਾਹਲੀ ਕਰਾਉਣਾ? ਤੇਰੇ ਵਰਗਾ ਲਾੜਾ ਟੂਬਲ ਤੋਂ ਨਹਾ ਕੇ ਕਹਿੰਦਾ ਚਲੋ ਜੀ ਚੱਲੀਏ। ਕਿਹੜੀਆਂ ਗੱਲਾਂ ਕਰਦੇ ਹੋ ਤੁਹਾਨੂੰ, ਤੁਸੀਂ ਦੁੱਲਾ ਨਹੀਂ ਕਦੀ ਦੇਖਿਆ ਹੈਗਾ? ਫਰੈਸ਼ ਦੁੱਲਾ ਨਹੀਂ ਦੇਖਿਆ? ਯਕੀਨ ਕਰੋ ਮੇਰੀ 40-50 ਸਾਲ ਉਮਰ ਹੈ, ਮੈਂ ਦੁੱਲੇ ਹੀ ਦੇਖੇ ਸਾਰੀ ਜ਼ਿੰਦਗੀ। ਇਹ ਤੁਸੀਂ ਮੇਰੇ ਵਰਗਾ ਫਰੈਸ਼ ਦੁੱਲਾ ਨਹੀਂ ਵੇਖਿਆ ਕਦੀ? ਕੀ ਨਹੀਂ ਨਹੀਂ, ਮੈਂ ਨਹੀਂ ਦੇਖਿਆ, ਸੁੱਤੇ ਹੀ ਉੱਠ ਕੇ ਇੱਧਰ ਆ ਗਏ ਹੋ। ਇਹਦਾ ਕੋਈ ਕਰੋ ਜੀ ਆਪਣਾ, ਇਹਨੂੰ ਲਾਓ ਮਸਾਲਾ ਮਸੂਲਾ, ਫਿਰ ਤਲੀਏ। ਆਪਾਂ ਇਹਨੂੰ ਮਸਾਲਾ ਨਹੀਂ ਲਾਉਣਾ ਹੈਗਾ, ਕਰੀਮਾਂ ਨੇ ਫੇਸ ਵਾਸ਼ ਕਰਾਉਣਾ ਹੋਵੇ,
ਇਹ ਫੰਕੀ ਹੇਅਰ ਕਰਾਣੇ ਨੇ ਮੈਂ ਤੇ ਇਹਦੀ ਕੋਈ ਥੋੜ੍ਹੀ ਬਹੁਤ ਟ੍ਰਿਮਿੰਗ ਵੀ ਕਰਾਣੀ ਹੈਗੀ ਹੈ ਵਾਲਾਂ ਦੀ ਅੱਛਾ ਜੀ ਤੇ ਪਹਿਲੇ ਕਰ ਦਵੋ ਭੈਣ ਤੁਸੀਂ ਵੀ ਇਹਨਾਂ ਦੇ ਨਾਲ ਪਹਿਲੇ ਤੁਸੀਂ ਮਤਲਬ ਪੁਲਿਸ ਕਟਿੰਗ ਤਾਂ ਪਹਿਲੇ ਹੀ ਕਰਾ ਲਈ ਤੁਸੀਂ ਇਹ ਦੇਖੋ ਕਿੰਨੇ ਪੈਸੇ ਇਹਨੂੰ ਤਿਆਰ ਕਰਨ ਦੇ ਲੈ ਰਹੇ ਤੁਸੀਂ? ਮੈਨੂੰ ਤੇ ਲੱਗਦਾ ਹੱਥੋਂ ਦੇਣੇ ਪੈਣਗੇ ਭਾਜੀ, ਦਸਤਾਨੇ ਪਾ ਲਓ ਤੁਸੀਂ, ਉਹ ਜਿਹੜੀ ਨਾ ਕਰੋਨਾ ਵਾਲਾ ਨੀ ਪੂਰੀ ਕਿੱਟ ਪਾ ਕੇ ਤੇ ਇਹਦੇ ਦੁਆਲੇ ਹੋਵੋ। ਬਿਲਕੁਲ ਦੁਆਲੇ ਹੋਣ ਵਾਲੀ ਭੈਣ ਕਿਹੜੀ ਗੱਲ ਹੈਗੀ ਹੈ, ਇੱਜ਼ਤ ਕਸਟਮਰ ਹੈਗਾ, ਇੱਜ਼ਤ ਕਰੋ ਕਸਟਮਰ ਦੀ, ਕਿ ਤੁਹਾਡੇ ਅਸੀਂ ਆਏ ਹੈਗੇ ਭਾਈ ਨੇ। ਟਾਈਮ ਕਾਫੀ ਲੱਗਣਾ ਤੁਹਾਡੇ ਤੇ, ਤੁਸੀਂ ਆਪਣਾ ਮੂੰਹ ਨਹੀਂ ਦੇਖ ਰਹੇ। ਸਾਲ ਲੱਗਣਾ ਵੇ ਮੇਰੇ ਤੇ, ਕਿਹੜਾ ਟਾਈਮ ਲੱਗਣਾ? ਅੱਜ ਤੁਸੀਂ ਨਹਾਉਣਾ, ਨਹਾਤੇ ਹੋ, ਨਹਾ ਕੇ ਆਏ ਘਰੋਂ? ਮੈਂ ਨਹਾ ਕੇ ਆਇਆ, ਹੁਣ ਮੈਂ ਕੁਰਾਨ ਦੀ ਕਸਮ ਖਾ ਕੇ ਕਹਾਂ ਕਿ ਮੈਂ ਨਹਾ ਕੇ ਆਇਆ। ਨਹੀਂ ਨਹੀਂ, ਕਸਮ ਕਾਹਲੀ ਖਾਣੀ ਹੈ। ਅੱਛਾ, ਉੱਥੇ ਚਾਰ ਕਲਮੇ ਪੜ੍ਹਦੇ ਆ ਵਿਆਹ ਦੇ ਉੱਤੇ, ਤੁਹਾਨੂੰ ਤਾਂ ਇੱਕ ਨਹੀਂ ਆਉਂਦਾ? ਭਾਈ ਨੇ ਆਉਂਦਾ ਵੀ ਜਿਸ ਤਰ੍ਹਾਂ ਉਹ ਬਲਕਿ ਤੁਸੀਂ ਕੱਪੜੇ ਵੀ ਲਾ ਕੇ ਬਵੋ। ਖੈਰ ਮੈਨੂੰ ਘਰ ਜਾਣਾ ਮੈਂ, ਇੰਨੀ ਤਿਆਰੀ ਹੈਗੀ ਵੀ ਲੋਕ ਸਾਰੇ ਮੇਰੇ ਕਜ਼ਨ ਮੇਰਾ ਵੇਟ ਕਰ ਰਹੇ ਨੇ ਤੇ ਤੁਸੀਂ ਹਾਸੇ ਗੱਲ ਪਾਈ ਹੈਗੀ। ਤੁਹਾਡੇ ਕਜ਼ਨ ਵੀ ਹੈਗੇ? ਹਾਂਜੀ ਭੈਣ, ਕਜ਼ਨਾਂ ਨੇ ਆਉਣਾ, ਬਾਜੇ ਵਾਲੇ ਨੇ ਵੀ ਆਉਣਾ। ਭੈਣ ਬਾਜੇ ਵਾਲੇ ਆਉਣੇ ਨੇ, ਉੱਥੇ ਮਾਰਕੀਟ ਦੇ ਸਾਹਮਣੇ ਖੜੇ ਨੇ, ਵੇਟ ਕਰ ਰਹੇ ਨੇ ਮੇਰਾ। ਮੈਂ ਜਾਣਾ ਵੀ ਤੇ ਸਾਰਾ ਪ੍ਰੋਗਰਾਮ ਸ਼ੁਰੂ ਹੋਣਾ, ਤੁਹਾਨੂੰ ਪਤਾ ਨਾ ਭਾਏ ਨਾ, ਦੁੱਲੇ ਤੋਂ ਬਗੈਰ ਜੰਝ ਸਜਦੀ ਹੈਗੀ। ਨਹੀਂ ਨਹੀਂ, ਤੁਹਾਡੇ ਤੋਂ ਬਗੈਰ ਸੱਜਣਾ ਹੀ ਮੈਨੂੰ ਲੱਗਦਾ, ਤੁਸੀਂ ਵਿਚਾਰੇ ਕਹਿੰਦਾ ਤਾਂ ਕੰਮ ਖਰਾਬ ਹੋ ਜਾਣਾ। ਨਹੀਂ ਤਾਂ ਤੁਸੀਂ ਅਨਾਰ ਅਨੂਰ ਵੀ ਚਲਾਓਗੇ ਉੱਥੇ, ਕੋਈ ਅਸਤਬਾਜ਼ੀ ਵੀ ਕਰੋਗੇ? ਭੈਣ ਮੈਂ, ਸਾਡੇ ਭਾਈ ਨੂੰ ਰਿਵਾਜ਼ ਹੈਗਾ ਵੇ ਕਿ ਦੁੱਲਾ ਜਿਹੜਾ ਜਾਂਦਾ ਵੇ ਨਾ ਵਿਆਹ ਵਾਸਤੇ, ਉਹ ਦੋਸਤਾਂ ਨੇ ਜਿਹੜਾ ਖੁਸ਼ੀ ਕਰਨੀ ਹੈਗੀ ਨਾ, ਨੱਚਣਾ ਗਾਣਾ ਹੈਗਾ ਵੀ, ਦੁੱਲਾ ਵੀ ਨਾਲ ਡਾਂਸ ਕਰਾਉਂਦੇ ਨੇ ਸਾਡੇ ਦੋਸਤ ਦਾ। ਜਿਹੋ ਜੀ ਤੁਹਾਡੀ ਫੈਮਿਲੀ, ਇਹ ਡਾਂਸ ਤੇ ਬਹੁਤ ਹੋਏਗਾ ਉੱਥੇ ਇਨਸ਼ਾਅੱਲਾਹ। ਪੱਤੇ ਬੰਨ ਕੇ ਨੱਚੇਗਾ ਜਿੰਗਾ ਲਾਲਾ ਹੁਰ, ਜਿੰਗਾ ਲਾਲਾ ਹੁਰ ਕਿ ਨਹੀਂ? ਕਿਹੜੀ ਗੱਲ ਕਰਦੇ ਆ, ਧਮਾਲ ਵਗੈਰਾ ਦੀ ਗੱਲ ਕਰਦੇ ਭੈਣ? ਜਦੋਂ ਦੁੱਲਾ ਅੰਦਰ ਜਾਂਦਾ ਵੀ ਦੁੱਲਾ ਆਪ ਇਹ ਕਰਦਾ ਵੀ ਮੈਂ ਕਰਨਾ ਵੀ ਇਹ। ਤੁਸੀਂ ਗਾਣਾ ਤਿਆਰ ਕੀਤਾ ਬਕਾਇਦਾ? ਹਾਂਜੀ, ਭਾਬੀ ਨੇ ਤੇ ਤੁਸੀਂ ਮਤਲਬ ਕਰਨਾ? ਭਾਬੀ ਨੇ ਨਹੀਂ ਭੈਣ, ਮੈਂ ਕਰਨਾ ਵੇ, ਭਾਬੀ ਤੇ ਵਿਚਾਰੀ ਇੰਤਜ਼ਾਰ ਕਰਦੀ ਹੋਏ। ਅੱਜ ਕੱਲ੍ਹ ਰਿਵਾਜ਼ ਹੈਗਾ ਨਾ, ਉਹ ਸਾਰੇ ਦੁੱਲੇ ਦੀਆਂ ਕਜ਼ਨਾਂ, ਉਹਨਾਂ ਵੀ ਗਾਣਾ ਤਿਆਰ ਕੀਤਾ ਹੁੰਦਾ ਤੇ ਭਾਬੀ ਦੇ ਨਾਲ ਵੀ। ਨਹੀਂ ਨਹੀਂ, ਭਾਬੀ ਕੱਢੋ ਵਿੱਚੋਂ ਭੈਣ, ਮੈਂ ਇਕੱਲੇ ਨਹੀਂ ਕਰਨਾ ਵੇ। ਭਾਬੀ ਆਪ ਹੀ ਨਿਕਲ ਜਾਣੀ ਤੈਨੂੰ ਦੇਖ ਕੇ ਮੈਨੂੰ ਲੱਗਦਾ। ਤੁਹਾਡੀ ਏਜ ਕਿੰਨੀ ਭੈਣ? ਏਜ ਮੇਰੀ ਹੈਗੀ ਨੇ 25 ਹੈਗੀ ਹੈ ਮੇਰੀ। 25 ਬਾਕੀ ਦੀ? ਬਾਕੀ ਦੀ ਭੈਣ ਮੈਂ ਟੋਟਲ ਦੱਸ ਰਿਹਾ। ਟੋਟਲ ਤੁਹਾਡੀ ਜੇ ਉਹ ਜਰਮਨੀ ਵਾਲੇ ਵੀ ਪਾਏ ਜੇ ਵਿੱਚ ਦੇਣ, ਜਿਹੜੇ ਜਰਮਨ ਰਹਿ ਜੇ, ਉਹ ਭੈਣ ਟੋਟਲ ਹੀ ਦੱਸ ਰਿਹਾ ਮੈਂ। ਖਾਸੀਅਤ ਉਹ ਸਾਰਾ ਚੂਸ ਲੈਂਦੀ ਹੈ ਆਪਣਾ, ਸਾਰੀ ਜਰਾਸੀਮ ਵਗੈਰਾ। ਭੈਣ ਮੈਂ ਭੋਲਾ ਨਹੀਂ ਹੈਗਾ, ਮੈਨੂੰ ਪਤਾ ਵੇ ਉਹ ਤੇ ਫੌਦਗੀ ਤੇ ਹੁੰਦੇ ਨੇ। ਅੱਛਾ, ਜਿੰਨੀ ਦੇਰ ਉਹ ਨਹੀਂ ਆਉਂਦਾ ਥੋੜਾ ਜਿਹਾ ਮੁਸ਼ਕਪੂਰ ਤੇ ਲਾਓ ਇਹਨੂੰ। ਹਾਂਜੀ ਲਾਉਂਦੇ ਆ, ਲਾਉਂਦੇ ਆ। ਇਹ ਖੁਸ਼ਬੂ ਤਾਂ ਆਵੇ ਹਲਕੀ ਹਲਕੀ ਉਸ ਸਮੇਂ ਦੀ, ਅਤੇ ਭਾਈ ਨਾ ਉਹ ਆਪਣਾ ਫੱਟੇ ਦਾ ਵੀ ਫੱਟਾ ਵੀ ਨਾਲ ਹੀ ਲਈ ਆਉਂਦਾ, ਨਵਾਉਣਾ ਨਹੀਂ ਬਾਅਦ 'ਚ। ਕਿਹੜੀਆਂ ਨੈਸ਼ੀ ਗੱਲਾਂ ਕਰ ਰਹੇ ਹੋ ਤੁਸੀਂ? ਤੁਹਾਡਾ ਗੱਲਾਂ ਕਰ ਰਹੇ ਹੋ, ਉਹ ਪੈਡੀ ਕੈਮ ਕਰਨਾ ਤੁਹਾਡਾ ਨਾ, ਉਹ ਜਿਹੜੇ ਪੈਡੀ ਕੈਮ ਭੈਣ ਦਾ, ਪੈਡੀ ਕੈਮ ਦਾ ਕਫਨ ਨਾ ਕੀ ਤਾਂ ਲੱਗ ਗਿਆ? ਨਹੀਂ ਨਹੀਂ, ਕਫਨ ਤਾਂ ਕਿਹਾ ਹੀ ਨਹੀਂ ਅਸੀਂ, ਅੱਲਾ ਮਾਫ਼ੀ ਦੇਵੇ, ਸ਼ਗਨਾਂ ਦਾ ਦੇਣ ਹੈਗਾ ਅਸੀਂ ਇਹ ਕਹਿ ਸਕਦੇ ਹਾਂ। ਚਲੋ ਭਾਈ, ਕਿੰਨੇ ਕੁ ਬੰਦੇ ਜਾਣੇ ਨਾਲ? 7 ਸਫਾਂ ਹੋ ਜਾਣਗੀਆਂ ਸ਼ਾਦੀ ਤੇ, ਕਿੰਨੇ ਬੰਦੇ ਜਾ ਰਹੇ ਨੇ? ਭੈਣ ਖੁਦਾ ਦਾ ਖੌਫ ਕਰੋ, ਕੋਈ ਕਿਹੜੀਆਂ ਪੁੱਠੀਆਂ ਗੱਲਾਂ ਕਰ ਰਹੇ ਹੋਗੇ, 250 ਬੰਦੇ ਦਾ ਰੇਂਜ ਹੈਗਾ ਵੇ। ਯਕੀਨ ਕਰੋ, ਉੱਥੇ ਤੁਸੀਂ ਸਿਹਰਾ ਚੁੱਕਣਾ ਨਾ, ਸਾਰਿਆਂ ਨੇ ਕਹਿਣਾ ਆਓ ਮੂੰਹ ਵੇਖ ਲਓ ਨੀ ਲਾੜੇ ਦਾ। ਨਹੀਂ, ਸਾਰੀ ਬਾਤ ਹੀ ਇਹ, ਖੂਬਸੂਰਤ ਲਾੜਾ ਪਹਿਲੀ ਵਾਰੀ ਵੇਖਣਾ ਤੇ ਕਹਿਣਾ ਤੇ ਪਏਗਾ ਨਾ ਉਹਨਾਂ ਨੂੰ। ਹਾਂ ਨਹੀਂ ਨਹੀਂ, ਇਹ ਤਾਂ ਹੈ ਵਾ, ਅਤੇ ਉਹ ਮਤਲਬ ਕਿ ਰਿਸ਼ਤੇਦਾਰੀ ਹੈ ਜਿੱਧਰ ਤੁਸੀਂ ਜਾ ਰਹੇ ਵਿਆਹਣ ਵਾਸਤੇ, ਕਜ਼ਨ ਹੈ ਜਾਂ ਕੀ? ਹਾਂਜੀ, ਕਜ਼ਨ ਹੀ ਹੈ ਮੇਰੀ। ਅੱਛਾ ਜੀ, ਅਤੇ ਉਹਨੂੰ ਪਤਾ ਵੀ ਆ ਰਿਹਾ ਅੱਜ ਮੈਨੂੰ ਵਿਆਹਣ? ਉਹ ਭੈਣ ਪਤੇ ਵਾਲੀ ਕਿਹੜੀ ਗੱਲ ਵੇ ਮੇਰੀ, ਉਹਦੇ ਨਾਲ ਸ਼ਾਦੀ ਹੋਣੀ, ਉਹਨੂੰ ਕਿੱਦਾਂ ਨਹੀਂ ਪਤਾ ਹੋਣਾ? ਅੱਛਾ ਜੀ, ਕੈਸੀ ਵੀ ਗੱਲ ਕਰ ਰਹੇ ਹੋ ਤੁਸੀਂ? ਚਲੋ ਜੀ, ਸ਼ਗਨਾਂ ਦਾ ਦੇਣਾ ਆਉਣਾ ਚਾਹੀਦਾ ਜੀ ਉਹਨਾਂ ਨੂੰ। ਲਿਆਓ ਜੀ ਇਹ, ਤਾਂ ਉਨੀ ਦੇਰ
ਟੈਕਨੋਲੋਜੀ ਇੱਥੋਂ ਸਟਾਰਟ ਕਰਨੇ ਆ ਇਹਨਾਂ ਨਾਲ ਪਹਿਲੇ ਦੋ ਟੱਕਣ ਪਿਆਣੇ ਪੈਣੇ ਨੇ ਅਡਟੋਲ ਪੀ ਲਓ ਥੋੜਾ ਜਿਹਾ ਖੁਦਾ ਦਾ ਨਾਮ ਹੈ ਭਾਈ ਤੁਸੀਂ ਕਿਹੜੀ ਭਾਈ ਨਾ ਜਰਾਸੀਮ ਅੰਦਰ ਹੁੰਦੇ ਨੇ ਕਿਸੇ ਦੀ ਧੀ ਭੈਣ ਵਿਆਹਣ ਜਾਣਾ ਹੈ ਤੁਸੀਂ ਉੱਥੇ ਕਿਸੇ ਦਾ ਖਾਣਾ ਖਰਾਬ ਕਰਨਾ ਤੁਸੀਂ ਪੀ ਲਓ ਦੋ ਚਲੋ ਬਈ ਸੈਵਾ ਨਾ ਪਾ ਦਿਓ ਭਾਈ ਥੋੜੀ ਜੀ ਭਾਈ ਨਾ ਇਸ ਤਰ੍ਹਾਂ ਨਾ ਕਰੋ ਉਹ ਯਾਰ ਇਹ ਚੰਗਾ ਹੁੰਦਾ ਇਹਦਾ ਕੋਈ ਨੁਕਸਾਨ ਨਹੀਂ ਸਟ੍ਰੀਮ ਦੇ ਵਿੱਚ ਜ਼ਿਆਦਾ ਬਿਹਤਰ ਹੈ ਕਰੋ ਤੁਸੀਂ ਇਹ ਕਿਹੜੀਆਂ ਤੁਸੀਂ ਗੱਲਾਂ ਪਈਆਂ ਕਰਦੇ ਜੇ ਭਾਜੀ ਇਹ ਕਾਲਰ ਮੈਂ ਚੁੱਕਣਾ ਤੁਸੀਂ ਇੱਥੇ ਪਾ ਦਿਓ ਥੋੜਾ ਜਿਹਾ ਹੈਲੋ ਚਲੋ ਸੈਨੀਟਾਈਜ਼ਰ ਤੇ ਦਿਓ ਨਾ ਹੱਥ ਹੁੱਥ ਤੇ ਉਨੀ ਦੇਰ ਸਾਫ਼ ਕਰਨ ਆਪਣੇ ਖੁਦਾ ਦਾ ਨਾਂ ਬੜਾ ਨਾਮ ਸੁਣਿਆ ਸੀ ਜੀ ਘੜੀ ਸਹੁਰਿਆਂ ਨੇ ਪਾਈ ਜਾਂ ਤੁਸੀਂ ਨਹੀਂ ਜੀ ਹਜੇ ਤਾਂ ਮੈਂ ਆਪ ਹੀ ਪਾਈ ਵੀ ਉੱਧਰੋਂ ਪੈਣੀ ਵੀ ਘੜੀ ਹੈ ਇਹ ਤੇਰੇ ਤੇ ਔਖੀ ਘੜੀ ਆਉਣ ਵਾਲੀ ਹੈ ਲਿਆਓ ਜੀ ਭਾਜੀ ਆਪਣਾ ਇਹ ਸੈਨੀਟਾਈਜ਼ਰ ਤੇ ਲਾਓ ਨਾ ਅਸਲਾਮ ਵਾਲੀਕਮ ਕੀ ਭੈਣ ਘੁੱਲੇ ਕੀ ਹਾਲ ਉਹ ਭੈਣ ਮੈਂ ਆ ਰਿਹਾ ਹੈਗਾ ਮੈਂ ਇੱਥੇ ਰਸ਼ ਇੰਨਾ ਹੈਗਾ ਵੇ ਉਹ ਆਪਣੇ ਕੰਮ 'ਚ ਲੱਗੇ ਨੇ ਪਾਰਲਰ ਵਾਲੇ ਕੱਟ ਸਲੋਨ ਵਾਲਿਆਂ ਦੇ ਆਇਆ ਬੈਠਾ ਵੇ ਉਹ ਕੋਈ ਪੁੱਛ ਨਹੀਂ ਰਿਹਾ ਹੈਗਾ ਤੁਸੀਂ ਭੇਜਿਆ ਸੀ ਕਿ ਬੜਾ ਤਾਵਨ ਕਰਨਗੇ ਉਹ ਉਲਟਾ ਚੇਜ਼ਾ ਕਰ ਰਹੇ ਨੇ ਭੈਣ ਮੇਰਾ ਉਹ ਨਹੀਂ ਨਹੀਂ ਭੈਣ ਨਾ ਦੱਸੋ ਆ ਰਿਹਾ ਭੈਣ ਮੈਂ ਆ ਰਿਹਾ ਉਹਨਾਂ ਦੀ ਮੈਂ ਜਾਨ ਨੂੰ ਰੋ ਰਿਹਾ ਹੈਗਾ ਵੀ ਜਲਦੀ ਕਰੋ ਸਾਰੀ ਬਰਾਤ ਉਡੀਕ ਰਹੀ ਹੈ ਮੁੰਡਾ ਗਿਆ ਮੇਰੀ ਗੱਲ ਕਰਾਓ ਮੈਂ ਦੱਸ ਦੇਣਾ ਉਹਨੂੰ ਕਰੋ ਭੈਣ ਭੈਣ ਤੁਹਾਡੇ ਨਾਲ ਮੈਂ ਕਾਹਦੀ ਗੱਲ ਕਰਵਾਉਣੀ ਜਿਹਦਾ ਨਾਂ ਹੀ ਘੁੱਲਾ ਤੇ ਉਹਨੇ ਫੇਸ 5 'ਚ ਜਾਣਾ ਉਹ ਭਾ ਘੁੱਲੇ ਉਹ ਆ ਰਹੇ ਆ ਬਸ ਤੁਸੀਂ ਉਹ ਫੁੱਪੀ ਨੂੰ ਕੀਤਾ ਸਾਦਕਾ ਬਾਦ ਵਾਲੀ ਨੂੰ ਸਾਰਿਆਂ ਨੂੰ ਕਰ ਦਿਓ ਫੋਨ ਹਲੋ ਆਹੋ ਇਸ਼ਾ ਤੋਂ ਬਾਅਦ ਬਰਾਤ ਚੁੱਕ ਲੈਣੀ ਅਸੀਂ ਹਾਂਜੀ ਹਾਂਜੀ ਆ ਰਹੇ ਬਸ ਆਹੋ ਨਹੀਂ ਪੱਤੀਆਂ ਪੁੱਤੀਆਂ ਲੈ ਲਓ ਅਗਰ ਪੱਤੀਆਂ ਵੀ ਲੈ ਲਓ ਕੋਈ ਨਹੀਂ ਆ ਰਿਹਾ ਹੈਲੋ ਭੈਣ ਭੈਣ ਤੁਹਾਡਾ ਤਾਰਫ ਨਹੀਂ ਹੈਗਾ ਤੁਸੀਂ ਹੁਣ ਬਿਲਾ ਵਜਾ ਵੀ ਆ ਗਏ ਹੋ ਵਿੱਚ ਨਹੀਂ ਨਹੀਂ ਭਾਈ ਨੇ ਪਤਾ ਕੀ ਆ ਮੈਂ ਵੀ ਇੱਥੇ ਹੀ ਕੰਮ ਕਰਦਾ ਵਾਂ ਅਤੇ ਇਸ ਲਈ ਮੈਂ ਪੁੱਛ ਰਿਹਾ ਤੁਹਾਨੂੰ ਭੈਣ ਫਿਸ਼ਲ ਤਾਂ ਕਰੋ ਨਾ ਭੈਣ ਉਹ ਇੰਤਜ਼ਾਰ ਕਰ ਰਹੇ ਨੇ ਸਾਰੇ ਲੋਕ ਤੁਸੀਂ ਕੁਛ ਮੂੰਹ 'ਤੇ ਲਾ ਦਿਓ ਇਹਦੇ ਠੀਕ ਹੈ ਜੀ ਬਲਕਿ ਮੈਂ ਕਹਿੰਦਾ ਇਹਦੇ ਮੂੰਹ 'ਤੇ ਜੰਦਰਾ ਲਾ ਦਿਓ ਹਲਕਾ ਹਲਕਾ ਪਾਊਡਰ ਲਾ ਦਿਓ ਫਿਰ ਇਹਨਾਂ ਦੇ ਜ਼ਰਾ ਥੋੜ੍ਹਾ ਜਿਹਾ ਵਾਈਟ ਤਾਂ ਹੋਣ ਨਾ ਪਾਣੀ ਦਾ ਤਿਆਰ ਕਰਨਾ ਵੇ ਜ਼ਰਾ ਨਾ ਸ਼ਰੀਕਾ ਜਿਹੜਾ ਇੱਕ ਵਾਰੀ ਨਾ ਅੱਖਾਂ ਖੋਲ ਜਾਣ ਉਹਨਾਂ ਦੀਆਂ ਕਿ ਅੱਖਾਂ ਤਾਂ ਖੁੱਲ ਜਾਣੀਆਂ ਵਾ ਜਿਹਨੇ ਧੀ ਦੇਣੀ ਉਹਨੂੰ ਖੁੱਲ ਜਾਣੀਆਂ ਹੁੰਦੀਆਂ ਅੱਖਾਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਜ਼ੀਸ਼ਾਨ ਵਿਆਹਣ ਆਇਆ ਹੈਗਾ ਕੀ ਨਾਂ ਤੁਹਾਡਾ ਜ਼ੀਸ਼ਾਨ ਅੱਲਾ ਦੀ ਸ਼ਾਨ ਆ ਜ਼ੀਸ਼ਾਨ ਵਾਹ ਜੀ ਵਾਹ ਆਹੋ ਇਹ ਦਿਓ ਭਾਈ ਦਾ ਹਲਕਾ ਜਿਹਾ ਦਿਲਾ ਦਿਓ ਹਲਕਾ ਜਿਹਾ ਨਾ ਜ਼ਰਾ ਇਹ ਉਨੀ ਦੇਰ ਨਾ ਜ਼ਰਾ ਥੋੜ੍ਹਾ ਜਿਹਾ ਤਰ ਤੇ ਹੋਵੇ ਨਾ ਆਹ ਇਹ ਕਿਹੜੀ ਪ੍ਰੋਡਕਟ ਹੈਗੀ ਹੈ ਵੇ ਭਾਏ ਨਾ ਫਿਸ਼ਲ ਮੈਂ ਇਹ ਭਾਏ ਨੇ ਪਹਿਲੀ ਦਫਾ ਕਰਾਣਾ ਹੈਗਾ ਵੇ ਇਹ ਪਾਊਡਰ ਤੇ ਮੈਂ ਕਦੀ ਦੇਖ ਜ਼ਿੰਦਗੀ ਚ ਨਹੀਂ ਇਹ ਮਡੋਰਾ ਵਾਲਿਆਂ ਦਾ ਭਾਏ ਨਾ ਮਡੋਰਾ ਵਾਲਿਆਂ ਦਾ ਭਾਏ ਨੇ ਖਾਂਸੀ ਆ ਰਹੀ ਵੇ ਕਿਹੜਾ ਕੰਮ ਤੁਸੀਂ ਕਰਦੇ ਪਏ ਹੋ ਇਹ ਹੁਣ ਇਹਦੇ ਨਾਲ ਵਾਈਟਨੈਸ ਆਣੀ ਤੁਹਾਡੀ ਇਹ ਦੇਖੋ ਜੀ ਆਹੋ ਇਹ ਇਹ ਦੇਖੋ ਹੁਣ ਇਹ ਇਹ ਹੋ ਰਿਹਾ ਨਾ ਹਲਕਾ ਹਲਕਾ ਤੁਹਾਡੇ ਭਾਈ ਤੁਸੀਂ ਦਸਤਾਨੇ ਪਾ ਲਓ ਖੁਦਾ ਦੇ ਤੁਹਾਡੇ ਨਿੱਕੇ ਨਿੱਕੇ ਬੱਚੇ ਆਇਆ ਨਾ ਕਰੋ ਤੁਸੀਂ ਤੁਸੀਂ ਕੋਈ ਚੀਜ਼ ਪਾ ਲਓ ਉਹਦੀ ਤਾਂ ਖੈਰ ਆ ਕੀ ਕਰਦਾ ਜੇ ਤੁਸੀਂ ਇੱਕ ਮਿੰਟ ਯਾਰ ਮੈਂ ਇੱਕ ਮਿੰਟ ਹੁਣੇ ਗੱਲ ਕਰਨਾ ਕੀ ਹੋਇਆ ਜੀ ਭੈਣ ਘੁੱਲੇ ਉਹ ਮੈਂ ਆ ਰਿਹਾ ਵਾਂ ਯਾਰ ਆ ਰਿਹਾ ਵਾਂ ਕੰਮ ਹੋ ਰਿਹਾ ਵੀ ਅੰਡਰ ਪ੍ਰੋਸੈਸ ਚੱਲ ਰਿਹਾ ਵਾਂ ਅਜੇ ਮੈਂ ਹੁਣ ਕਿ ਇਹਨਾਂ ਕੰਮਾਂ 'ਚ ਦੇਰ ਸਵੇਰ ਹੋ ਜਾਂਦੀ ਭਾਜੀ ਹਾਂ ਦੇਰ ਸਵੇਰ ਹੋ ਜਾਂਦੀ ਵੀ ਭੈਣ ਉਹ ਲੱਗੇ ਹੋਏ ਨੇ ਵਿਚਾਰੇ ਨਾਲ ਮੇਰੀ ਮੇਰੀ ਗੱਲ ਕਰੋ ਮੈਂ ਆਪ ਕਹਿੰਦਾ ਭੈਣ ਲਓ ਜੀ ਭੈਣ ਇਹਨਾਂ ਦੀ ਗੱਲ ਸੁਣ ਲਓ ਜੀ ਤੁਸੀਂ ਪਹਿਲੇ ਭੈਣ ਘੁੱਲੇ ਦੇਰ ਹੋ ਜਾਣੀ ਆ ਤੁਸੀਂ ਬਰਫ਼ ਦਾ ਕਿਹਾ ਕਿਸੇ ਨੂੰ ਸਾਈਡਾਂ 'ਤੇ ਲਾਉਣੀ ਭਾਜੀ ਕੀ ਹੋ ਗਿਆ ਤੁਹਾਨੂੰ ਇੱਦਾਂ ਇੱਦਾਂ ਦੁੱਲਾ ਖਰਾਬ ਹੋ ਜਾਏਗਾ ਭਾਈ ਨਹੀਂ ਨਹੀਂ ਫਿਰ ਹਾਂਜੀ 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 ਫੋਨ ਫੜਾ ਦਿਓ ਤੁਹਾਡੀ ਮਿਹਰਬਾਨੀ ਐਲਾਨ ਕਰਾ ਦਿਓ ਇੱਕ ਦੋ ਵਾਰੀ ਕੋਈ ਮਸਲਾ ਨਹੀਂ ਇਸ਼ਾ ਤੋਂ ਬਾਅਦ ਦਾ ਕਰਾ ਆ ਭੈਣ ਕੋ ਚਲੋ ਜੀ ਅੱਖਾਂ ਬੰਦ ਕਰ ਲਓ ਜੀ ਅੱਖਾਂ ਬੰਦ ਕਰ ਲਓ ਲਾਓ 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 ਭਾਈ ਨੂੰ ਜ਼ਰਾ ਸੈਟ ਹੈਲੋ ਨਹੀਂ ਜੀ ਉਹ ਹਾਲੇ ਸਹੀ ਤਰ੍ਹਾਂ ਤਿਆਰ ਕਰ ਲਈ ਹੈ ਨਾ ਉਹਨਾਂ ਨੂੰ ਆਹ ਕੋਈ ਚੀਜ਼ ਨਾ ਨਾ ਤੁਸੀਂ ਅੱਖਾਂ ਖੋਲਣਾ ਠੀਕ ਹੈ ਨਾ ਕੋਈ ਚੀਜ਼ ਨਾ ਚਲੀ ਜਾਵੇ ਅੰਦਰ ਅੱਛਾ ਅੱਛਾ ਫੇਸ ਵਾਸ਼ ਹੋਣਾ ਚਾਹੀਦਾ ਵੇ ਜਿਹੜਾ ਨਾ ਅੱਛਾ ਹੋਏਗਾ ਹਾਂ ਜੀ ਸਾਡਾ ਸ਼ਰੀਕਾ ਜਿਹੜਾ ਵੀ ਇੱਕ ਵਾਰੀ ਉਹਨਾਂ ਦੀ ਅੱਖ ਖੋਲ ਜਾਏ ਵੀ ਨਿਸ਼ਾਨ ਤਿਆਰ ਅੱਖਾਂ ਖੋਲੋ ਹਾਂ ਜ਼ਰਾ ਅੱਖਾਂ ਖੋਲੋ ਨਿਸ਼ਾਨ ਤਿਆਰ ਹੋ ਗਿਆ ਪਰੇਸ਼ਾਨ ਹੋ ਜਾਓਗੇ ਤੁਸੀਂ ਅੱਖਾਂ ਜ਼ਰਾ ਖੋਲਣਾ ਅੱਖਾਂ ਖੋਲੋ ਜ਼ਰਾ ਹਾਂ ਜੀ ਓਏ ਆ ਜੀ ਨੱਕ ਚਲੀ ਜਾਂਦੀ ਚੀਜ਼ ਇਸ ਲਈ ਲਾਇਆ ਤੁਹਾਡੇ ਭਾਜੀ ਖੁਦਾ ਦਾ ਖੌਫ ਹੀਗਾ ਵੇ ਭੈਣ ਤੁਸੀਂ ਕੀ ਮਾਰਨਾ ਮੈਂ ਬਦਤਮੀਜ਼ੀ ਵੀ ਕਰਦੇ ਪਏ ਉਹ ਨਹੀਂ ਬਦਤਮੀਜ਼ੀ ਨਹੀਂ ਮੈਂ ਦੂਲਾ ਹੈਗਾ ਵੇ ਓਏ ਆਪ ਨਹੀਂ ਹੱਥ ਮਾਰੀ ਦਾ ਦੂਲੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਕੀ ਨਹੀਂ ਤੁਸੀਂ ਬਸ ਚੁੱਪ ਕਰਕੇ ਭਾਈ ਨੇ ਪਹਿਲੇ ਨਾ ਇਹਦੇ ਇਹਨੇ ਇੱਦਾਂ ਨਹੀਂ ਇਹਦੇ ਅੰਗੂਠੇ ਬੰਨ ਦਿਓ ਭੈਣ ਕਿਹੜੀਆਂ ਗੱਲਾਂ ਕਰਦੇ ਪਏ ਹੋ ਮਜ਼ਾਕ 'ਚ ਗੱਲ ਪਈ ਗਈ 250 ਬੰਦਾ ਮੇਰਾ ਇੰਤਜ਼ਾਰ ਕਰ ਰਿਹਾ ਵੇ ਭੈਣ ਤੁਸੀਂ ਭਾਅ ਜੀ ਜ਼ਿਆਦਾ ਹੋ ਜਾਣੇ ਆ ਤੁਸੀਂ ਨਹੀਂ ਵੇ ਜਿਹਨੂੰ ਪਤਾ ਲੱਗ ਰਿਹਾ ਉਹ ਆ ਰਿਹਾ
ढाई सौ तो बहुत उत्ते हो जाना काम चने वालियाँ देगा पकाओ तुम चने वालियाँ भैन ता पार्लर ही गा वे इन्ने इन्ने अच्छे गाने लगते ने कोई शगन का दिन है कोई खुशी वाला गाना लाओ ये फंक्शन है मूह वाल वेख के अभी कुआली लाने कुआली लाए मेरी तौबा मेरी तौबा आहो बल्कि नाता ला दो मैं तो कहना उन्नी देर नाता ला दे यार भैन मैं कि पार्लर से आ गया मैं तो खुदा की कसमें मैं कुल्ले की मान के इतने फस गया है कुल्ले ने भेजे ना कुल्ला साडा भरा भी आता इतने कोई मसला नहीं है चपेड़ा खा लेना किसी को नजर आ जाए ने पैसे देने गल नहीं पैसा कोई मसला देखो तुम वैसे तैयार हो तुम एवं अपना टाइम जाया कर रहे हो तो कटिंग करवा लो जो करवानी इतने नहीं भाई ना पहले मेरा ना फेस जड़ा भी ना फिशल करो फिशल तो बाद फिर मैं तुम दसना वे कि करना ने भाई तुम ना मजाक च पे गए सीरियस सारी जंज जी है वो इंतजार च बैठी भी मेरे शावर तो मार दो इन्हों शावर शुवर मारो इन्होंने माइक नहीं नहीं पैना वो तो है की होया बस करो भैन की हो बस भाजी की हो गया जे कि लाए ने इन नहीं तरना आता ज्यादा पानी मार रहे हो योजे तो मार ना परसों शावर मारे पिछे कंच बजा जाके लो है देखो हूँ देखो है कैसा तेरे प्यो ने किया यार सानू कही ना की अपने अबे नु पुछ की उन्हें की किया अस तो फिर भी बड़ा कुछ कर लोग कह शान कितों तैयार होके आया लै समझ ओ यार तेन वेखो ए मैं जिस तरह घरों टुरिया उंज तो उंज ही है कुछ नहीं फर्क पागल ना ना सब मिट्टी च जाना अखीर ओ भैन हुने चले जावा मिट्टी बंदा मिट्टी का ही बनया तू तो ढीठ मिट्टी का बनया लगता ऐसी गल करने शादी तो करा लें तो सौ काम ही उ बड़िया रस्म होनी ने भाजी यकीन करो मूह विखाई होनी है बत्तर कदम से दुआ होनी है उत्तर बड़िया रस्म होनी ने भैन खुदा का ना ही मैं तैयार करो पिछो फोन आ रहे किया भैन कुछ नहीं है मैं रेडी जहनी तौर पर हो गया यार क्यों नहीं किया यार घंटा हो गया तो सवेर के बंदे तेरे न लगे ने सवेर दे भैन कुछ फर्क पिया एक परसेंट फर्क नहीं पिया है उंज का उंजी फेस ही जिस तरह का मैं लैके आया फेस फाइव से जाना ना हाँ हाँ तो यह फेस ठीक है चलो भैन ए पहले मेरे ए जड़े इतने हल्के पेंदे ने ना इन्हों इतने बहस करी जानी तो कुड़ी किसी होर ने लै जानी है तेरी मेहरबानी घर पहुँच टाइम हो गया बरात का भैन लव मैरिज हैगी किस तरह किसी ना जा सकती वे ये भी है जी तेरे ना जा सकती किसी ना भी जा सकती भैन एक मिनट फोन फोन बहुत आ रहा है जी डबल वन डबल टू चला थोड़ी जी कढ़ाई रह गई बस मैं आ रहा भैन आ रहा बस मैं पहुंच गया हाँ लो भैन की होया बस भैन मैं फोन आ गया वे अच्छा मैं अजे भैन दरअसल माला भी लैनी है ते कुल्ला भी लैना ते तुसी ना फंकी हेयर करने ने फ्लो भी बनाना भी वाला दा भाई ना तुसी बैठोगे ते मैं ब्लोर वगैरह करके नहीं 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 हुन पाइन मेनू देर हो गई है 2 मिनट लगने नहीं पाइन मेनू जल्दी ही है तुसी ना सिर्फ 2 मिनट लगने ने ए तुसी ए लो फड़ो ते आ तुसी करके ना ए करके रखना पाइन मैं आ रहा बाबा हेलो गल सुनो पाइन मेनू जल्दी पाइन तुसी ना आए ते असि दम करके बाबे नु दे दिए सा जरा ट्रिमिंग कर देना अच्छी तेरी फ्लो बना देना भाजी तुसी आधे घंटे तक आ गए ठीक नहीं ते एदे च बंदा पुहा के ते भाभी दे देना अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें ऐसे करके।